How many trucks you are handle in a day? So we got about 40 come through here each day. ਕਵਰ ਟੁੱਟਿਆ ਹੋਇਆ ਹਾਂਜੀ ਇਹਦੀ ਤੁਸੀਂ ਫੋਟੋ ਕਲਿੱਕ ਕਰਕੇ ਓਨਰ ਨੂੰ ਪਾਉਣੀ ਆ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋ ਗਏ ਸੋ ਬਈ ਬਹੁਤ ਟਾਈਮ ਤੋਂ ਹੋ ਰਿਹਾ ਸੀ ਕਿ ਟਰੱਕ ਵਲੋਗ ਲੈ ਕੇ ਆਓ ਟਰੱਕ ਵਲੋਗ ਲੈ ਕੇ ਆਓ ਅਤੇ ਫਾਈਨਲੀ ਆਪਾਂ ਟਰੱਕ ਵਲੋਗ ਲੈ ਕੇ ਆ ਚੁੱਕੇ ਹਾਂ ਅਤੇ ਅੱਜ ਤੁਹਾਨੂੰ ਭਾਜੀ ਨਾਲ ਮਿਲਾਉਂਦੇ ਹਾਂ ਅਤੇ ਉਹ ਦੱਸਣਗੇ ਅੱਜ ਅਸੀਂ ਕਿੱਧਰ ਜਾ ਰਹੇ ਹਾਂ ਅਤੇ ਅੱਜ ਸਾਡਾ ਕਿਹੜਾ ਲੋਡ ਆ ਅਤੇ ਕੀ ਕੰਮ ਆ ਅਤੇ ਇਹ ਵਲੋਗ ਬਹੁਤ ਘੈਂਟ ਹੋਣ ਵਾਲਾ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕਿੱਦਾਂ ਬਹੁਤ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਵਧੀਆ ਜੀ ਵਧੀਆ ਕਿਵੇਂ ਬਣਦਾ ਤੇ ਬਹੁਤ ਵਧੀਆ ਅਤੇ ਭਾਜੀ ਅੱਜ ਦੱਸੋ ਥੋੜ੍ਹਾ ਜਿਹਾ ਟਰੱਕ ਬਾਰੇ ਅਤੇ ਕਿਹੜਾ ਲੋਡ ਆ ਅੱਜ ਅਤੇ ਆਪਾਂ ਕਿੱਧਰ ਜਾ ਰਹੇ ਹਾਂ ਕਿੱਧਰ ਤੱਕ ਦਾ ਟੂਰ ਹੈ ਕਿੰਨੇ ਘੰਟੇ ਦਾ ਰਾਹ ਹੈ ਥੋੜ੍ਹਾ ਜਿਹਾ ਦੱਸੋ ਹਾਂਜੀ ਭਾਈ ਜੀ ਆਪਾਂ ਪਹਿਲਾਂ ਜਾਣਾ ਪਹਿਲਾਂ ਕੋਲਸ ਹਾਂਜੀ ਕੋਲਸ ਸਾਈਡ 'ਤੇ ਜਾਣਾ ਉੱਥੋਂ ਲੋਡ ਪਿੱਕ ਕਰਨਾ ਓਕੇ ਭਾਅ ਜੀ ਅਤੇ ਉਸ ਤੋਂ ਬਾਅਦ ਆਪਾਂ ਕੈਨਬਰਾ ਦਾ ਲੋਡ ਚੱਕਾਂਗੇ ਉੱਥੋਂ ਹਾਂਜੀ ਅਤੇ ਡੇਲੀ ਆਪਣਾ ਕੈਨਬਰਾ ਹੀ ਹੁੰਦਾ ਓਕੇ ਭਾਅ ਜੀ ਸਮ ਟਾਈਮ ਕਈ ਵਾਰ ਨਿਊ ਕੈਸਲ ਹੁੰਦਾ ਓਕੇ ਹਾਂਜੀ ਅਤੇ ਆਪਣਾ ਟਰੱਕ ਅੱਜ ਕਿਹੜਾ ਟਰੱਕ ਆਪਣਾ ਇਹ ਕ੍ਰਾਈਮ ਓਵਰ ਆ ਸਕੈਨੀਆ ਦਾ ਓਕੇ ਭਾਅ ਜੀ ਅਤੇ V8 ਆ ਅਤੇ 620 ਇਹਦੀ ਪਾਵਰ ਆ ਓਕੇ ਅਤੇ ਸਾਰੀ ਬ੍ਰਾਂਡ ਨਿਊ ਨੇ ਬਾਈ ਉਹਨਾਂ ਕੋਲ ਓਕੇ ਅਤੇ ਆਪਾਂ ਜਿਹੜੇ ਯਾਰਡ 'ਚ ਖੜ੍ਹੇ ਆ ਯਾਰਡ ਦਾ ਮਤਲਬ ਥੋੜ੍ਹਾ ਜਿਹਾ ਦੱਸੋ ਕਿਹੜਾ ਮਤਲਬ ਵਾਹਵਾ ਟਰੱਕ ਖੜ੍ਹੇ ਨੇ ਇੱਧਰ ਹਾਂਜੀ ਬਾਈ ਯਾਰਡ ਇਹ ਹੈਗਾ ਕੈਂਪਸ ਕ੍ਰੀਕ ਦੇ ਵਿੱਚ ਓਕੇ ਕੰਪਨੀ ਨੇਮ ਹੈਗਾ ਗਿੱਲ ਰੋਡਵੇਜ਼ ਹਾਂ ਤੁਸੀਂ ਦੇਖ ਸਕਦੇ ਹੋ ਮਤਲਬ ਭਾਜੀ ਦਾ ਗਿੱਲ ਰੋਡਵੇਜ਼ ਪ੍ਰਾਈਵੇਟ ਲਿਮਿਟਡ ਅਤੇ ਭਾਜੀ ਦੱਸੋ ਥੋੜ੍ਹਾ ਜਿਹਾ ਕੰਪਨੀ ਬਾਰੇ ਵੀ ਸਾਨੂੰ ਬਾਈ ਕੰਪਨੀ ਦੇ ਓਨਰ ਹੈਗੇ ਰਿੱਪੂ ਗਿੱਲ ਓਕੇ ਭਾਜੀ ਬਾਈ ਸਿੰਗਰ ਵੀ ਨੇ ਅਤੇ ਪਹਿਲੀਆਂ ਦੇ ਵਿੱਚ ਸਿੰਗਰ ਰਹੇ ਨੇ ਅੱਛਾ ਅਤੇ ਆਪਣਾ ਬਾਈ ਦਾ ਸੌਂਗ ਆਇਆ ਸੀਗਾ ਮੇਰੇ ਨੇ ਯਾਰ ਸਮੁੰਦਰੋਂ ਪਾਰ ਅੱਛਾ ਓਕੇ ਅਤੇ ਬਾਈ ਮੈਂ ਲਿੰਕ ਪਾ ਦਾਂਗਾ ਸੌਂਗ ਦਾ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਚੈੱਕ ਜ਼ਰੂਰ ਕਰਿਓ ਅਤੇ ਭਾਜੀ ਦਾ ਹੈਗਾ ਯਾਰਡ ਸਾਰਾ ਅਤੇ ਭਾਜੀ ਨੇ ਆਪਾਂ ਹੁਣੇ ਯਾਰਡ ਨਹੀਂ ਯਾਰਡ ਆਪਾਂ ਤੁਹਾਨੂੰ ਸਵੇਰੇ ਦਿਖਾਵਾਂਗੇ ਇੱਕ ਵਾਰੀ ਆਪਾਂ ਟਰੱਕ ਦਿਖਾ ਦਿਓ ਸਾਨੂੰ ਕਿਵੇਂ ਦਾ ਅੰਦਰੋਂ ਤੇ ਭਾਜੀ ਜਿਵੇਂ ਤੁਸੀਂ ਟਾਇਰ ਚੈੱਕ ਕਰ ਰਹੇ ਹੋ ਏਦਾਂ ਸਾਨੂੰ ਕੋਈ ਹੋਰ ਚੀਜ਼ ਵੀ ਚੈੱਕ ਕਰਨੀ ਹੁੰਦੀ ਆ ਤੇ ਬਾਕੀ ਬਸ ਤੁਸੀਂ ਇਨਸਪੈਕਸ਼ਨ ਕਰ ਲਓ ਕੋਈ ਲਾਈਟ ਨਾ ਟੁੱਟੀ ਹੋਵੇ ਕਿਉਂਕਿ ਡਰਾਈਵਰ ਦੂਜੇ ਲੈ ਕੇ ਆਉਂਦੇ ਆ ਨਾ ਹਾਂਜੀ ਹਾਂਜੀ ਕਿਉਂਕਿ ਫਿਰ ਦੂਜੇ ਦਿਨ ਦੇਖਣ ਨੂੰ ਮਿਲੇ ਕੁਛ ਟੁੱਟਿਆ ਹੋਇਆ ਜਾਂ ਕੁਛ ਵੀ ਆ ਹਨਾ ਫਿਰ ਉਹ ਆਪਣੇ ਗਲ ਪੈ ਸਕਦਾ ਓਕੇ ਜਿਵੇਂ ਟਰੱਕ ਭਾਜੀ ਦੇਖਣ 'ਚ ਬਹੁਤ ਮਤਲਬ ਏਦਾਂ ਲੱਗ ਰਿਹਾ ਕਿ ਟਰੈਵਲ ਕਰਕੇ ਆਇਆ ਗੰਦਾ ਜਿਹਾ ਲੱਗ ਰਿਹਾ ਜਿਵੇਂ ਹੁਣ ਆਹ ਸ਼ੀਸ਼ਾ ਕਵਰ ਟੁੱਟਿਆ ਹੋਇਆ ਹਾਂਜੀ ਇਹਦੀ ਤੁਸੀਂ ਫੋਟੋ ਕਲਿੱਕ ਕਰਕੇ ਓਨਰ ਨੂੰ ਪਾਉਣੀ ਆ ਓਕੇ ਕਿਉਂਕਿ ਉਹਨੂੰ ਵੀ ਪਤਾ ਹੋਵੇ ਕਿ ਇਹ ਪਹਿਲਾਂ ਦਾ ਟੁੱਟਿਆ ਹੋਇਆ ਕਿ ਮੈਂ ਕਿ ਤੁਹਾਡੇ ਉੱਤੇ ਨਾ ਆ ਜਾਏ ਫਿਰ ਕਰ ਲਓ ਨਹੀਂ ਸਹੀ ਗੱਲ ਹੈ ਬਾਕੀ ਤੁਸੀਂ ਉਧਰ ਵਾਇਰਾਂ ਚੈੱਕ ਕਰ ਲੈਣੀਆਂ ਹਾਂਜੀ ਲਾਈਨਾਂ ਚੈੱਕ ਕਰ ਲੈਣੀਆਂ ਤੇ ਭਾਜੀ ਇਹ ਵਾਇਰਾਂ ਬਾਰੇ ਦੱਸੋਗੇ ਥੋੜਾ ਜਿਹਾ ਕੁਝ ਮਤਲਬ ਕੀ ਯੂਜ਼ ਹੁੰਦਾ ਇਹਨਾਂ ਦਾ ਇਹ ਟ੍ਰੇਲਰਾਂ 'ਚ ਲੱਗਦੇ ਨੇ ਭਾਈ ਜੀ ਇਹ 에ਅਰ ਲਾਈਨਾਂ ਨੇ ਓਕੇ ਉਹ ABS ਬ੍ਰੇਕ ਦੀਆਂ ਨੇ ਓਕੇ ਤੇ ਇਹ ਟ੍ਰੇਲਰ ਨੂੰ ਲਾਈਟ ਦਿੰਦੀਆਂ ਨੇ ਜੋ ਟ੍ਰੇਲਰ ਤੋਂ ਆਉਂਦੀਆਂ ਓਕੇ ਤੇ ਭਾਜੀ ਇੱਕ ਮੇਰਾ ਕੁਐਸਚਨ ਜਿਵੇਂ ਆ V8 ਇੰਜਨ ਲਿਖਿਆ ਇੱਧਰ V8 ਇੰਜਨ ਹੈ ਤੇ ਭਾਜੀ ਇਹ ਲਾਈਕ ਬੀ ਡਬਲ ਸੈਮੀ ਸੈਮੀ ਤੇ ਚਲੋ ਨਾਰਮਲ ਹੀ ਆ ਤੇ ਬੀ ਡਬਲ ਵੀ ਤੇ ਇਹ ਵਾਲੇ ਟਰੱਕ ਸਾਡੇ ਰੋਡ ਟ੍ਰੇਨ ਲਈ ਵੀ ਯੂਜ਼ ਹੁੰਦੇ ਨੇ ਹਾਂਜੀ ਇਹੀ ਵਾਲੇ ਸੇਮ ਹਾਂਜੀ ਹਾਂਜੀ ਸੇਮ ਵੀਰੇ ਮਤਲਬ ਇਹ ਜੇ ਇੰਨੀ ਪਾਵਰ ਆ ਕੀ ਹੈ ਹਾਂਜੀ ਇਹ ਖਿੱਚ ਸਕਦੇ ਨੇ ਰੋਡ ਹਾਂਜੀ ਓਕੇ ਤੇ ਭਾਜੀ ਹੁਣ ਦੇਖਿਆ ਆਪਾਂ ਟਰੱਕ ਅੰਦਰ ਹਾਂਜੀ ਮੈਂ ਤੇ ਹੁਣ ਤੁਹਾਨੂੰ ਅੰਦਰੋਂ ਟਰੱਕ ਦਿਖਾਉਂਦੇ ਹਾਂ ਇੱਕ ਵਾਰੀ ਤਾਂ ਆਹ ਦੇਖੋ ਸਕੈਨੀਆ ਦੀ ਲਾਈਟ ਪ੍ਰੋਪਰ ਅਤੇ ਇੱਧਰੋਂ ਫੁੱਟ ਰੈਸਟ ਹੈਗੇ ਚੜ੍ਹਨ ਨੂੰ ਸਾਰਾ ਅਤੇ ਇਹ ਆਪਣਾ ਫੜ ਕੇ ਇੱਦਾਂ ਕਰ ਹਾਂਜੀ ਭਾਜੀ ਹਾਂਜੀ ਅਤੇ ਆਹ ਲੱਗਿਆ ਇਹਦਾ ਸਾਡਾ ਸਿਸਟਮ ਪ੍ਰੋਪਰ ਭਾਜੀ ਨੇ ਟਰੱਕ ਕਰਤਾ ਸਟਾਰਟ ਅਤੇ ਹੁਣ ਆਪਾਂ ਟਰੱਕ ਦੇ ਬਾਰੇ ਪੁੱਛਦੇ ਹਾਂ ਭਾਜੀ ਤੋਂ ਅਤੇ ਇੱਧਰੋਂ ਆਪਣੇ ਪਹਿਲਾਂ ਸਟਾਰਟ ਕਰਨਾ ਇਹ ਸ਼ੋਅ ਕਰ ਰਿਹਾ ਨਾ ਹਾਂਜੀ
ਫਿਊਲ ਕਿੰਨਾ 65% ਫਿਊਲ ਆ ਐਡਬਲਿਊ 90% ਆ ਪਰ ਟਾਈਮ ਆ ਰਿਹਾ ਕਿਲੋਮੀਟਰਸ ਆ ਰਹੇ ਨੇ ਹਨਾ ਹਾਂਜੀ ਤੇ ਇਹ ਹੈਗੇ ਨੇ ਆਪਣੇ ਪਾਵਰ ਬ੍ਰੇਕ ਹਾਂ ਓਕੇ ਇਹਨੂੰ ਰਿਲੀਜ਼ ਕਰੋਗੇ ਤੁਸੀਂ ਤਾਂ ਤੁਰਨਾ ਹੈ ਨਹੀਂ ਤੁਰਨਾ ਨਹੀਂ ਆ ਤੇ ਪਾਵਰ ਬ੍ਰੇਕ ਇਜ਼ ਲਾਈਕ ਹੈਂਡ ਬ੍ਰੇਕ ਜਿਵੇਂ ਗੱਡੀ ਚ ਹਾਂਜੀ ਹਾਂਜੀ ਓਕੇ ਠੀਕ ਹੈ ਬਾਕੀ ਇਹ ਨਵੇਂ ਜੋ ਵੀ ਬ੍ਰਾਂਡ ਨਿਊ ਸਕੈਨੀਆ ਨੇ ਉਹਨਾਂ ਦੇ ਸਕਰੀਨ ਆ ਗਈ ਬਲੂਟੁੱਥ ਵਗੈਰਾ ਅਟੈਚ ਹੋਇਆ ਹੋਇਆ ਜੋ ਵੀ ਆ ਸਾਰਾ ਵਧੀਆ ਸਿਸਟਮ ਆ ਤੇ ਜਿਵੇਂ ਪਾਜੀ ਦੇ ਕੋਲ ਜ਼ਿਆਦਾਤਰ ਸਕੈਨੀਆ ਦੇ ਹੀ ਹੈਗੇ ਹਾਂਜੀ ਸਾਰੇ ਸਕੈਨੀਆ ਹਾਂਜੀ ਸਾਰੇ ਸਕੈਨੀਆ ਤੇ ਪਾਜੀ ਜਿਵੇਂ ਤੁਹਾਨੂੰ ਲਾਈਕ ਕਿੰਨੇ ਸਾਲ ਹੋ ਗਏ ਵੈਸੇ ਟਰੱਕ ਚਲਾਉਂਦੇ ਹੋਏ ਮੈਨੂੰ ਬਾਈ ਉਹਨਾਂ ਦੇ ਨਾਲ 4.5 ਸਾਲ ਹੋ ਗਏ ਓਕੇ ਤੇ ਵੈਸੇ 5 ਸਾਲ ਹੀ ਹੋ ਗਏ ਮੈਨੂੰ ਇੰਡਸਟਰੀ ਦੇ ਵਿੱਚ ਇਹਦੇ ਵਿੱਚ ਓਕੇ ਤੇ ਪਾਜੀ ਤੁਹਾਨੂੰ ਅੱਜ ਤੱਕ ਕਿਹੜਾ ਮਤਲਬ ਟਰੱਕ ਵਧੀਆ ਲੱਗਿਆ ਚਲਾਉਂਦੇ ਹੋਏ ਕਿਹੜੀ ਕੰਪਨੀ ਦਾ ਮੈਂ ਸ਼ੁਰੂ ਤੋਂ ਹੀ ਸਕੈਨੀਆ ਚਲਾਇਆ ਕਿਉਂਕਿ ਸਕੈਨੀਆ ਦੀ ਉਹ ਹੈਬਿਟ ਆ ਮੈਂ ਹੋਰ ਸਾਰੀ ਵਧੀਆ ਨੇ ਆਪਾਂ ਕਿਸੇ ਨੂੰ ਉਹ ਨਹੀਂ ਕਹਿੰਦੇ ਹਾਂ ਹਾਂਜੀ ਪਰ ਸਕੈਨੀਆ ਮੈਨੂੰ ਬੈਸਟ ਲੱਗਦਾ ਹਾਂਜੀ ਕਿਉਂਕਿ ਜਿਹੜੇ ਬ੍ਰਾਂਡ ਨਿਊ ਨੇ ਇੱਕ ਬਹੁਤ ਵਧੀਆ ਇਹਨਾਂ ਦੇ ਮਤਲਬ ਘੈਂਟ ਕੱਢੇ ਨੇ ਹਨਾ ਸਾਰੇ ਤੇ ਕੋਈ ਹੋਰ ਨਹੀਂ ਤੁਹਾਨੂੰ ਸਕੈਨੀਆ ਲਾਸਟ ਟਾਈਮ ਮੈਂ ਗਿਆ ਸੀ ਡੈਫ ਤੇ ਗਿਆ ਸੀਗਾ ਜਿਵੇਂ ਸਾਰੇ ਨੇ ਦੇਖਿਆ ਹੋਣਾ ਹਾਂਜੀ ਤੇ ਉਹ ਵੀ ਠੀਕ ਸੀਗਾ ਹਾਂਜੀ ਹਾਂਜੀ ਕਿਉਂਕਿ ਜ਼ਿਆਦਾ ਮੈਂ ਬਾਈ ਉਹਨਾਂ ਦੇ ਕੋਲ ਸਾਰੀ ਸਕੈਨੀਆ ਨੇ ਓਕੇ ਨੈਕਸਟ ਵੀ ਬਾਈ ਉਹਨਾਂ ਕੋਲ ਜਿਹੜੇ ਆਉਣਗੇ ਉਹ ਸਕੈਨੀ ਹੀ ਆਉਣਗੇ ਕਿਉਂਕਿ ਸਕੈਨੀਆ ਦਾ ਵਧੀਆ ਇਹਨਾਂ ਦਾ ਤੇ ਭਾਜੀ ਜੇ ਅਗਰ ਇਹਨਾਂ ਦਾ ਪ੍ਰਾਈਸ ਦੇਖਿਆ ਜਾਏ ਤੇ ਕੀ ਪ੍ਰਾਈਸ ਪੈਂਦਾ ਇੱਕ ਟਰੱਕ ਦਾ ਮੈਨੂੰ ਲੱਗਦਾ ਪ੍ਰਾਈਸ 3 ਪਲੱਸ ਹੀ ਹੋਣਾ 3 ਪਲੱਸ ਓਕੇ ਚਲੋ ਤੇ ਆਪਾਂ ਕਦੀ ਅੱਗੇ ਪੁੱਛਾਂਗੇ ਤੇ ਭਾਜੀ ਇੱਕ ਚੀਜ਼ ਮੈਨੂੰ ਇਹ ਬੜੀ ਅਟਰੈਕਟ ਕਰੀ ਆ ਲਾਸਟ ਟਾਈਮ ਵੀ ਇਹਦਾ ਮੈਨੂੰ ਯੂਜ਼ ਪਤਾ ਬਟ ਇੱਕ ਵਾਰੀ ਫੇਰ ਦੱਸ ਦਿੰਦੇ ਆਪਾਂ ਇਹ ਰੇਡੀਓ ਹੁੰਦਾ ਬ్రో ਜਿਵੇਂ ਆਪਾਂ ਕੋਲਸ ਸਾਈਡ ਤੇ ਜਾਣਾ ਉੱਥੇ 15 ਚੈਨਲ ਚਾਉਦਾ ਓਕੇ ਓਕੇ ਤੇ ਆਪਾਂ ਉੱਥੇ ਜੇ ਕੋਈ ਵੀ ਉਹਨਾਂ ਦੀ ਗੱਲਬਾਤ ਕਰਨੀ ਆ ਉਹਨਾਂ ਨੇ ਆਪਾਂ ਨੂੰ ਰੇਡੀਓ ਕਰਨਾ ਕਾਪੀ ਸਕੈਨੀਆ ਕਾਪੀ ਬਲਵਿੰਦਰ ਮੇਰਾ ਨੇ ਬਲਵਿੰਦਰ ਆ ਜੈਸੇ ਜਿਵੇਂ ਹੈ ਨਾ ਤੇ ਉਹਨਾਂ ਨੇ ਕਾਲ ਕਰਨੀ ਆਪਾਂ ਉਹਨਾਂ ਨੂੰ ਆਨਸਰ ਦੇਣਾ ਕਾਪੀ ਹਨਾ ਉਹਨਾਂ ਨੇ ਅੱਗੇ ਦੱਸਣਾ ਕਿ ਐਵੇਂ ਆ ਟ੍ਰੇਲਰ ਹੁੱਕ ਕਰ ਲੈ ਤਾਂ ਆਪਾਂ ਉਹਨੂੰ ਰਿਸਪੌਂਸ ਕਰੀ ਜਾਣਾ ਤੇ ਆਪਾਂ ਜੇ ਮੈਲਬਨ ਨੂੰ ਜਾਣਾ ਤਾਂ ਆਪਣਾ 40 ਚੈਨਲ ਚੱਲਦਾ ਜੇ ਆਪਾਂ ਸਕੈਨੀਆ ਇੱਧਰ ਨਿਊ ਕੈਸਲ ਜਾਣਾ ਤਾਂ ਫਿਰ 29 ਚੱਲਦਾ ਓਕੇ ਇੱਕ ਚੈਨਲ ਅਲੱਗ ਅਲੱਗ ਨੇ ਸਾਰੇ ਅਲੱਗ ਨੇ ਤੇ ਠੀਕ ਹੈ ਹੁਣ ਭਾਜੀ ਨੇ ਸਾਨੂੰ ਓਵਰਆਲ ਸਾਰਾ ਦੱਸਤਾ ਤੇ ਹੁਣ ਆਪਾਂ ਜ਼ਿਆਦਾ ਟਾਈਮ ਨਹੀਂ ਕਰਦੇ ਵੇਸਟ ਤੇ ਆਪਣਾ ਫਟਾਫਟ ਕੋਲਸ ਵੱਲ ਚੱਲਦੇ ਹਾਂ ਕਿਉਂਕਿ ਤੇ ਭਾਜੀ ਕਾਰ ਪਾਰਕ ਕਰਨ ਜਾ ਰਹੇ ਨੇ ਤੇ ਆਪਾਂ ਕੋਲਸ ਵੱਲ ਚੱਲਦੇ ਹਾਂ ਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਅੱਗੇ ਦਾ ਸੀਨ ਦਿਖਾਉਂਦੇ ਕੀ ਆ ਜਿਹੜੇ ਵੀ ਟਰੱਕ ਖੜੇ ਹੁੰਦੇ ਤੇ ਸਭ ਤੋਂ ਵੱਡੀ ਜਿਹੜੀ ਗੱਲ ਆ ਨਾ ਅੱਜ ਜੇ ਸਾਡਾ ਹੋ ਸਕਦਾ ਬੀਡਬਲ ਵੀ ਹੋ ਸਕਦਾ ਤੇ ਸੈਮੀ ਵੀ ਹੋ ਸਕਦਾ ਤੇ ਸਾਨੂੰ ਹੁਣ ਪਤਾ ਨਹੀਂ ਕੁਛ ਬਟ ਮੈਂ ਫਿੰਗਰ ਕ੍ਰੋਸ ਆ ਕਿ ਸਾਨੂੰ ਅੱਜ ਬੀਡਬਲ ਮਿਲੇ ਬਿਕੋਜ਼ ਉਹਦਾ ਰਹਿ ਗਿਆ ਸੀ ਤੇ ਇਹ ਹੁੰਦਾ ਬੀਡਬਲ ਤੁਸੀਂ ਦੇਖ ਲਓ ਆਪੇ ਤੇ ਜੇ ਅਗਰ ਇਹ ਮਿਲ ਗਿਆ ਤੇ ਨਜ਼ਾਰੇ ਬਾਕੀ ਦੇਖਦੇ ਹਾਂ ਆਪਾਂ ਭਾਜੀ ਨੇ ਲੋਡ ਚੱਕ ਲਿਆ ਆਪਣਾ ਕੋਲਸ ਤੋਂ ਤੇ ਭਾਜੀ ਆਪਣੇ ਕੋਲ ਅੱਜ ਬੀ ਡਬਲ ਆ ਹਾਂਜੀ ਬਾਈ ਜੀ ਬੀ ਡਬਲ ਆ ਤੇ ਆਪਣਾ ਜਿਵੇਂ ਤੁਸੀਂ ਹੁਣੇ ਲਾਸਟ ਮੋੜ ਕੇ ਦਿਖਾਇਆ ਸੀ ਤੇ ਅੱਧਾ ਮਤਲਬ ਕੀ ਧਿਆਨ ਰੱਖਣਾ ਪੈਂਦਾ ਜਦ ਆਪਾਂ ਇੱਕ ਬੀ ਡਬਲ ਜਾਂ ਸੈਮੀ ਟ੍ਰੇਲਰ ਮੋੜਦੇ ਆ ਭਾਜੀ ਆਪਾਂ ਸਭ ਤੋਂ ਪਹਿਲਾਂ ਤਾਂ ਧਿਆਨ ਇਹ ਰੱਖਣਾ ਯਾਰ ਤੁਹਾਡੇ ਜੇ ਤਾਂ ਘਾਟਾ ਜਗ੍ਹਾ ਤਾਂ ਤੁਸੀਂ ਦੋਏ ਲਾਈਨਾਂ ਕਵਰ ਕਰਕੇ ਰੱਖਣੀਆਂ ਨੇ ਓਕੇ ਭਾਜੀ ਠੀਕ ਆ ਜੇ ਤੁਸੀਂ ਦੋ ਹੀ ਲਾਈਨਾਂ ਕਵਰ ਕਰਕੇ ਰੱਖੋ ਕਿ ਮਗਰ ਜੇ ਕੋਈ ਕਾਰ ਆ ਜਾਂ ਮੋਟਰਸਾਈਕਲ ਆ ਜਾਂ ਕੁਛ ਵੀ ਆ ਨਾ ਤਾਂ ਉਹ ਰੁਕ ਜੂ ਪਿੱਛੇ ਠੀਕ ਹੈ ਤੁਹਾਨੂੰ ਮੋੜਨ ਦੇ ਵਿੱਚ ਰਾਈਟ ਜਾਂ ਲੈਫਟ ਤੁਹਾਨੂੰ ਈਜ਼ੀ ਰਹਿੰਦਾ ਹਾਂਜੀ ਜੇ ਹੁਣ ਤੁਸੀਂ ਬਾਈ ਦੀ ਵੇ ਇੱਕ ਲਾਈਨ ਕਵਰ ਕੀਤੀ ਹੋਈ ਆ
ਜਦ ਤੁਸੀਂ ਮੋੜੋਗੇ ਤਾਂ ਬੀ ਟ੍ਰੇਲਰ ਨਾ ਰਾਈਟ ਲੈਨ ਦੇ ਵਿੱਚ ਚਲੇ ਜਾਂਦਾ ਓਕੇ ਤਾਂ ਕਿ ਆਪਾਂ ਨੂੰ ਯਾਰ ਸੇਫ ਨਹੀਂ ਗਾ ਤੇ ਗੱਡੀ ਗੁੱਡੀ ਕੋਈ ਵੀ ਉਹ ਟ੍ਰੇਲਰ ਦੇ ਥੱਲੇ ਆ ਸਕਦਾ ਕੋਈ ਵੀ ਹਨਾ ਐਕਸੀਡੈਂਟ ਹੋ ਸਕਦਾ ਕੋਈ ਵੀ ਹੈਪਨ ਹੋ ਸਕਦਾ ਠੀਕ ਹੈ ਹਾਂਜੀ ਤੇ ਮਿਡਲ ਲਾਈਨ ਦੇ ਵਿੱਚ ਕੈਨਬਰਾ ਘੰਟੇ ਦਾ ਫਰਕ ਹੋ ਜਾਂਦਾ ਕਦੀ ਕਦਾਰ ਅੱਧੇ ਘੰਟੇ ਦਾ ਫਰਕ ਹੋ ਜਾਂਦਾ ਤੇ ਓਹਦਾ ਕੀ ਜ਼ਿਆਦਾ ਫਰਕ ਹੁੰਦਾ ਯਾ ਮਾੜਾ ਮੋਟਾ 10-15 ਮਿੰਟ ਦਾ ਡਿਪੈਂਡ ਕਰਦਾ ਯਾਰ ਟਾਈਮ ਤੇ ਕਈ ਵਾਰ ਬਿਜ਼ੀ ਹੁੰਦਾ ਕੋਲਸ ਹਾਂਜੀ ਤੇ ਟ੍ਰੇਲਰ ਹਜੇ ਲੋਡ ਹੋਣੇ ਹੁੰਦੇ ਆ ਤੇ ਉੱਥੇ ਵੇਟਿੰਗ ਪੈ ਜਾਂਦੀ ਆ ਫਿਰ ਉਹ ਵੇਟਿੰਗ ਟਾਈਮ ਉੱਥੇ ਰੂਮ ਬਣਿਆ ਹੋਇਆ ਉੱਥੇ ਆਪਾਂ ਨੂੰ ਬੈਠ ਕੇ ਵੇਟ ਕਰਨੀ ਪੈਂਦੀ ਆ ਹਾਂਜੀ ਕਈ ਵਾਰ 1 hour ਲੱਗ ਜਾਂਦਾ ਤੇ ਜੇ ਵੇਟਿੰਗ ਨਾ ਹੋਵੇ ਫਿਰ ਤਾਂ ਤੁਹਾਡਾ 30-35 minutes ਲੱਗਦੇ ਆ ਓਕੇ ਹਾਂਜੀ ਲਾਈਟ ਪੈਂਦੀ ਹੈ ਕਿ ਰਾਹ ਕਿੱਧਰ ਨੂੰ ਜਾ ਰਿਹਾ ਬਟ ਜਿਵੇਂ ਕਦੀ ਕਦਾਰ ਕੋਈ ਕੰਗਾਰੂ ਆ ਜਾਂਦਾ ਜਿਵੇਂ ਆਸਟ੍ਰੇਲੀਆ ਦੇ ਵਿੱਚ ਵਾਹ ਵਾਹ ਕੰਗਾਰੂ ਹੈਗੇ ਆ ਤੇ ਉਹਦੇ ਲਈ ਤੁਸੀਂ ਕੀ ਯੂਜ਼ ਕਰਦੇ ਹੋ ਮਤਲਬ
ਉਹਦੇ ਲਈ ਯਾਰ ਜੇ ਆਪਣੇ ਅੱਗੇ ਫਰੰਟ ਤੇ ਕੋਈ ਆ ਨਹੀਂ ਰਿਹਾ ਨਾ ਸਾਹਮਣੇ ਹਾਂਜੀ ਹਾਂਜੀ ਜਾਂ ਸਾਹਮਣੇ ਗੱਡੀ ਨਹੀਂ ਓਕੇ ਤੁਸੀਂ ਉਹ ਦੇਖ ਕੇ ਨਾ ਥੋੜੀ ਹਾਈਵੇ ਵੀ ਤੁਸੀਂ ਆਨ ਕਰ ਸਕਦੇ ਹੋ ਉਹ ਦੇਖੋ ਮਤਲਬ ਪੂਰਾ ਪ੍ਰੋਪਰ ਕਿੰਨਾ ਮਤਲਬ ਕਿੰਨਾ ਅੱਗੇ ਦਾ ਕਹਿੰਦੇ ਸੈੱਟ ਕਰਤਾ ਹਾਈ ਬੀਮ ਤੋਂ ਹੈ ਜੇ ਤੁਹਾਨੂੰ ਲੱਗਦਾ ਕਿ ਫਰੰਟ ਤੇ ਕੋਈ ਆ ਰਿਹਾ ਤਾਂ ਥੱਲੇ ਕਰ ਲਓ ਥੱਲੇ ਕਰ ਲਓ ਵੈਸੇ ਆਪਾਂ ਹਮੇਸ਼ਾ ਨਹੀਂ ਆਨ ਕਰ ਸਕਦੇ ਹਾਂਜੀ ਹਾਂਜੀ ਕਿਉਂਕਿ ਇਹਦਾ ਸ਼ਾਇਦ ਮੇ ਵੀ ਫਾਈਨ ਵੀ ਆ ਹਾਂਜੀ ਦੇਖੋ ਉਧਰ ਆਪਾਂ ਸਾਹਮਣੇ ਹਾਈ ਬੀਮ ਚੱਕ ਤੇ ਤੇ ਸਾਰਾ ਬੋਰਡ ਕਲੀਅਰ ਹੋ ਜਾਂਦਾ ਬੋਰਡ ਤੇ ਦੇਖੋ ਪ੍ਰੋਪਰ ਦਿਖ ਰਿਹਾ 1 ਕਿਲੋਮੀਟਰ ਲਿਖਿਆ ਕਿ ਕਿੱਧਰ ਹੈ ਤੇ ਜੇ ਅਗਰ ਦੇਖੋ ਜਿਵੇਂ ਉਹ ਟਰੱਕ ਆਇਆ ਉਧਰੋਂ ਤੇ ਭਾਜੀ ਨੇ ਬੰਦ ਕਰਤੀ ਕਿਉਂ ਕਿਉਂਕਿ ਅੱਗੇ ਵਾਲੇ ਨੂੰ ਦਿੱਕਤ ਨਾ ਹੋਏ ਉਹਦੇ ਸ਼ੀਸ਼ੇ ਦੇ ਰਿਫਲੈਕਸ਼ਨ ਪਊਗੀ ਤੇ ਉਹਨੂੰ ਦੇਖਣ 'ਚ ਦਿੱਕਤ ਹੋਊਗੀ ਇਹ ਦੇਖੋ ਪ੍ਰੋਪਰ ਬਹੁਤ ਜ਼ਿਆਦਾ ਨਾ ਲਾਈਕ ਨੀਂਦ ਜੀ ਆ ਰਹੀ ਸੀ ਆਪਾਂ ਰੈਡ ਬੁਲ ਚੱਕਦੇ ਹਾਂ ਅੰਦਰੋਂ ਵੱਡੀ ਲਈ ਜੀ ਛੋਟੀ ਲਈ ਜੀ ਵੱਡੀ ਲਈ ਛੋਟੀ ਵੱਡੀ ਆ ਰਹੀ ਦੋ ਬਸ ਚੱਲਦੇ ਹਲਕਾ ਹਲਕਾ ਮੀਂਹ ਪੈ ਰਿਹਾ ਠੀਕ ਹੈ ਅਤੇ ਮੈਂ ਵੀ ਡਬਲ ਦਿਖਾ ਦਿੰਦਾ ਇੱਕ ਵਾਰੀ ਉਹ ਦੇਖੋ ਦੋਵੇਂ ਜਿਹੜੇ ਹੈਗੇ ਰੀਫਰੀਜਰੇਟਰ ਵਾਲੇ ਆਪਣੇ ਟ੍ਰੇਲਰ ਹੈਗੇ ਅਤੇ ਬਸ ਹੁਣ ਅੰਦਰ ਚੱਲਦੇ ਹਾਂ ਅਤੇ ਰੈਡ ਬੁਲ ਚੱਕਦੇ ਹਾਂ ਕਿਉਂਕਿ ਮੈਨੂੰ ਨੀਂਦ ਆ ਰਹੀ ਸੀ ਮੈਂ ਸਿੱਧਾ ਕੰਮ ਤੋਂ ਆਇਆ ਸੀਗਾ ਇੱਧਰ ਸੋ ਆਪਣਾ ਆ ਗਿਆ ਹੈਵੀ ਵਹੀਕਲ ਸੇਫਟੀ ਸਟੇਸ਼ਨ ਆਰ ਟੀ ਏ ਜਿਹਨੂੰ ਆਪਾਂ ਕਹਿੰਦੇ ਆਰ ਟੀ ਏ ਅਤੇ ਭਾਅ ਜੀ ਇਹਦੇ ਬਾਰੇ ਦੱਸੋ ਥੋੜ੍ਹਾ ਜਿਹਾ ਬਾਈ ਆਹ ਜਿੱਥੇ ਜੀ ਹੁਣ ਲੰਘਣ ਲੱਗਿਆ ਨਾ ਇਹ ਵੇਵ ਬ੍ਰਿਜ ਆ ਓਕੇ ਇਹਦੇ ਉੱਤੇ ਵੇਟ ਹੁੰਦਾ ਠੀਕ ਆ ਇਹ ਐਰੋ ਆ ਜੇ ਉਹਨਾਂ ਨੇ ਅੰਦਰ ਖੁੱਲ੍ਹਾ ਹੁੰਦਾ ਇਹ ਤਾਂ ਆਪਾਂ ਨੂੰ ਅੰਦਰ ਨੂੰ ਕਰ ਦੇਣਾ ਸੀ ਹਾਂਜੀ ਠੀਕ ਆ ਹੁਣ ਆਪਣਾ ਬਾਹਰ ਨੂੰ ਕੀਤਾ ਰਿਟਰਨ ਟੂ ਹਾਈਵੇ ਓਕੇ ਕਿਉਂਕਿ ਆਪਣਾ ਸਭ ਕੁਝ ਸਹੀ ਆ ਓਕੇ ਆ ਓਪਨ ਏ ਆ ਵੈਸੇ ਆਰ ਟੀ ਏ ਆ ਅੰਦਰ ਆਫਿਸ ਹੈ ਨਾ ਅੱਛਾ ਇਹ ਰਿਹਾ ਆਫਿਸ ਤੇ ਹਰ ਇੱਕ ਮਤਲਬ ਉਹਨੂੰ ਮਸਟ ਆ ਰੋਕਣਾ ਟਰੱਕਰ ਨੂੰ ਇੱਧਰ ਨਹੀਂ ਮਸਟ ਨਹੀਂ ਜੇ ਅੰਦਰ ਨੂੰ ਐਰੋ ਕਰ ਦੇਣ ਨਾ ਫਿਰ ਮਸਟ ਆ ਅੱਛਾ ਫਿਰ ਜੇ ਆਪਾਂ ਨੂੰ ਕਰਤਾ ਰਿਟਰਨ ਟੂ ਹਾਈਵੇ ਹਾਂਜੀ ਤਾਂ ਫਿਰ ਆਪਾਂ ਬਾਹਰ ਨਿਕਲ ਜਾਣਾ ਹਾਈਵੇ ਤੇ ਓਕੇ ਠੀਕ ਆ ਜੇ ਉਹਨਾਂ ਨੇ ਕਰਤਾ ਟਰਨ ਟੂ ਵੇ ਵਿਰੇਜ ਤਾਂ ਫਿਰ ਆਪਾਂ ਨੂੰ ਅੰਦਰ ਬੁਲਾ ਲੈਣਾ ਉਹਨਾਂ ਨੇ ਫਿਰ ਉਹ ਚੈੱਕ ਕਰਦੇ ਨੇ ਇਨਸਪੈਕਸ਼ਨ ਕਰਦੇ ਨੇ ਟ੍ਰੇਲਰ ਚੈੱਕ ਲੌਗ ਬੁੱਕ ਚੈੱਕ ਲਾਇਸੈਂਸ ਚੈੱਕ ਏ ਟੂ ਜ਼ੈਡ ਉਹ ਚੈੱਕ ਕਰਦੇ ਨੇ ਤੁਹਾਡੇ ਅੰਦਰ ਅੱਧਾ ਘੰਟਾ ਤੋਂ ਇੱਕ ਘੰਟਾ ਨਾ 10 ਮਿੰਟ ਲਾ ਦਿੰਦੇ ਨੇ 15 ਜੇ ਉਹਨਾਂ ਨੂੰ ਕੋਈ ਜ਼ਿਆਦਾ ਡਾਊਟ ਆ ਫਿਰ ਤਾਂ ਕਢਾ ਲੈਂਦੇ ਨੇ ਉਹ ਆਪਾਂ ਬਾਈ ਟ੍ਰੇਨ ਵਿੱਚ ਪਹੁੰਚ ਗਏ ਓਕੇ ਹਾਂਜੀ ਤੇ ਇੱਥੇ ਆਪਾਂ ਟ੍ਰੇਲਰ ਅਨਹੋਕ ਕਰਨੇ ਆ ਪਹਿਲਾਂ ਏ ਲੈ ਕੇ ਜਾਣਾ ਓਕੇ ਦੈਨ ਆਪਾਂ ਬੀ ਲੈ ਕੇ ਜਾਣਾ ਬੀ ਆਪਣਾ ਹੈਗਾ ਨੈਕਸਟ ਡੌਕ ਉਹ ਚਿਜ਼ਮ ਆ ਇੱਥੋਂ ਵਿੱਚੋਂ ਵਿੱਚ ਜਾ ਹੁੰਦਾ ਰੋਡ ਹੈਗਾ ਅਤੇ ਉਹ ਵੇ ਰਾਹੀਂ ਜਾ ਕੇ ਆਪਾਂ ਉਹ ਲਾ ਕੇ ਆਉਣਾ ਫਿਰ ਇਹ ਆਪਾਂ ਟ੍ਰੇਲਰ ਇੱਥੇ ਛੱਡ ਜਾਵਾਂਗੇ ਅਤੇ ਹੁਣ ਆਪਾਂ ਬੀ ਲਾਉਣਾ ਇੱਧਰ ਇੱਥੇ ਪਹਿਲਾਂ ਹਾਂ ਇੱਥੋਂ ਬੀ ਅਨਹੋਕ ਕਰ ਜਾਣਾ ਅਤੇ ਦੈਨ ਆਪਾਂ ਏ ਲੈ ਕੇ ਜਾਣਾ ਆਪਾਂ ਓਕੇ ਆਪਣਾ ਬੀ ਟ੍ਰੇਲਰ ਆ ਵਾਲਾ ਹਾਂ ਇਹ ਬੀ ਟ੍ਰੇਲਰ ਓਕੇ ਤੇ ਇਹਨੂੰ ਜੇ ਅਨਹੁਕ ਕਰਨਾ ਤੇ ਕਿਵੇਂ ਉਹ ਆਪਾਂ ਉੱਤਰ ਕੇ ਜਾਣਾ ਤੇ ਆ ਜਾਓ ਇਹ ਭਾਅ ਜੀ ਕੀ ਸ਼ੋਅ ਕਰਦਾ ਹਾਂਜੀ ਇਹ ਮੇਨ ਜਾਂ ਟ੍ਰੇਲਰ ਤੁਹਾਡਾ ਚੱਲ ਰਿਹਾ ਓਕੇ ਓਕੇ ਆ ਰੱਖੋ ਮੌਸਮ ਇੱਦਾਂ ਹੁੰਦਾ ਜੇ ਸਿਡਨੀ ਗਰਮੀ ਹੁੰਦੀ ਹੈ ਤੇ ਕੈਨਬਰਾ ਠੰਡ ਹੋ ਜਾਂਦੀ ਹੈ ਤੇ ਭਾਅ ਜੀ ਨੇ ਤਾਂ ਹੀ ਜੈਕਟ ਪਾ ਲਈ ਤੇ ਭਾਅ ਜੀ ਦੀ ਕੰਪਨੀ ਦਾ ਨਾਮ ਜੈਕਟ ਦੇ ਵੀ ਆ ਗਿੱਲ ਰੋਡ ਵੇ ਓਕੇ ਅਨਲੋਡ ਹੋ ਗਿਆ ਉਹ ਸੌਰੀ ਮਤਲਬ ਅਨਹੁੱਕ ਹੋ ਗਿਆ ਸੌਰੀ ਚੱਲਿਆ ਇਹ ਭਾਈ ਦੇਖ ਰਹੇ ਨੇ ਸ਼ੀਸ਼ਿਆਂ ਤੋਂ
ਚੱਲਦੇ ਆ ਅਗਲੇ ਸਟਾਪ ਤੇ ਆਪਣੇ ਠੀਕ ਆ ਤੇ ਮੈਂ ਸੋ ਗਿਆ ਸੀ ਅੱਧੇ ਘੰਟੇ ਲਈ ਕਿਉਂਕਿ ਮੈਂ ਸਿੱਧਾ ਕੰਮ ਤੋਂ ਆਇਆ ਸੀਗਾ ਤੇ ਚੱਲਦੇ ਆ ਬਾਅਦ ਭਾਈ ਜੇ ਆਪਾਂ ਗੱਲ ਕਰੀਏ ਬੀ ਡਬਲ ਦੀ ਲਾਇਸੈਂਸ ਦੀ ਤੇ ਬੀ ਡਬਲ ਦਾ ਲਾਇਸੈਂਸ ਆਪਾਂ ਕਿਵੇਂ ਲੈ ਸਕਦੇ ਆ ਭਾਈ ਇਹਦੇ ਲਈ ਆਪਾਂ ਨੂੰ ਐਮ ਸੀ ਲਾਇਸੈਂਸ ਚਾਹੀਦਾ ਓਕੇ ਤੇ ਤੁਸੀਂ ਇੱਥੇ ਆਪਣੇ ਆਰ ਟੀ ਏ ਆ ਹਾਂਜੀ ਤੁਸੀਂ ਉੱਥੇ ਜਾ ਕੇ ਆਪਦਾ ਟੈਸਟ ਬੁੱਕ ਕਰਾਓ ਓਕੇ ਠੀਕ ਆ ਔਰ ਇੱਕ ਹੁੰਦਾ ਸ਼ਾਇਦ ਐਪ ਦੇ ਉੱਤੇ ਹੁੰਦੇ ਆ ਕੌਸ਼ਨ ਹਾਂਜੀ ਹਾਂਜੀ ਜਿਵੇਂ ਇੱਕ ਮੈਂ ਕਾਰ ਦਾ ਕੀਤਾ ਸੀ ਤੇ ਉਹਨੂੰ ਡੀਕੇਟੀ ਕਹਿੰਦੇ ਆ ਹਾਂ ਉਹ ਸੇਮ ਹੀ ਹੈ ਸੇਮ ਹੀ ਆ ਉਹ ਵੀ ਓਕੇ ਤੇ ਉਹ ਵੀ ਟੈਸਟ ਤੁਹਾਨੂੰ ਦੇਣਾ ਪੈਂਦਾ ਹਾਂਜੀ ਤੇ ਦੈਨ ਤੁਹਾਡੀ ਟਰਾਈ ਹੁੰਦੀ ਆ ਕਿਤੇ ਬਾਹਰ ਫਿਰ ਉਹ ਸਰਟੀਫਿਕੇਟ ਇਸ਼ੂ ਕਰਦੇ ਆ ਹਾਂਜੀ ਫਿਰ ਉਹ ਤੁਹਾਨੂੰ ਆਪਣਾ ਆਰ ਟੀ ਏ ਜਾ ਕੇ ਤੁਹਾਨੂੰ ਸਰਟੀਫਿਕੇਟ ਜਮ੍ਹਾਂ ਕਰਾਉਣਾ ਪੈਂਦਾ ਸਮਥਿੰਗ ਤੇ ਹੁਣ ਆਈ ਥਿੰਕ ਆਪਾਂ ਪਹੁੰਚ ਗਏ ਕੋਰਸ ਦੇ ਵਿੱਚ ਜਿੱਧਰ ਆਪਾਂ ਇਹ ਟ੍ਰੇਲਰ ਆਪਣਾ ਲਾਉਣਾ ਤੇ ਕੁਇਨ ਬਿਨ ਦੇ ਵਿੱਚ ਤੇ ਇਹ ਆਪਣਾ ਇਹ ਟ੍ਰੇਲਰ ਲਾਉਂਦੇ ਆ ਗਿਆ ਕੋਰਸ ਦਾ ਡੌਕ ਕਹਿੰਦੇ ਇਹਨੂੰ ਹਾਂਜੀ ਜਿੱਧਰ ਆਪਣੇ ਟ੍ਰੇਲਰ ਟ੍ਰੁਲਰ ਲੱਗਦੇ ਨੇ ਤੇ ਹੁਣ ਆਈ ਥਿੰਕ ਇਹ ਇੱਧਰੋਂ ਲੱਗੂਗਾ ਟਾਈਮ ਭਾਅ ਜੀ ਕਿੰਨਾ ਕੁ ਟਾਈਮ ਲੱਗ ਜਾਂਦਾ ਇਹਨਾਂ ਨੂੰ ਖਾਲੀ ਕਰਨ 'ਚ ਜੇ ਆਪਾਂ ਕਿੰਨਾ ਕੁ ਯਾਰ ਮਕੈਨਿਜ਼ਮ ਹੈ ਨਾ ਮਤਲਬ ਟ੍ਰੇਲਰ ਉੱਧਰ ਸੀਗਾ ਉਹ ਬੈਲਟ ਲੱਗੀ ਆ ਉਹ ਬੈਲਟ ਦੇ ਥਰੂ ਟ੍ਰੇਲਰ ਚੱਲਦਾ 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 ਉਹ ਪਿੱਛੇ ਤੱਕ ਜਾਊਗਾ ਤੇ ਹੁਣ ਤੁਸੀਂ ਰਿਵਰਸ ਕਰੋਗੇ ਬਿਲਕੁਲ ਉਹਦੇ ਨਾਲ ਪਿਆ ਸੀ ਦੇਖੋ ਦੁੱਧ ਉੱਧ ਤਾਂ ਹੀ ਰੈਫਰੀਜਰੇਟਰ ਸੀਗਾ ਦੁੱਧ ਸੀਗਾ ਅਤੇ ਚਿਕਨ ਸੀਗਾ ਪੈਲਟ ਮਸ਼ੀਨ ਕਹਿੰਦੇ ਇਹਨੂੰ ਭਾਅ ਜੀ ਇਹਨੂੰ ਪੈਲਟ ਮਸ਼ੀਨ ਕਹਿੰਦੇ ਇਹ ਪੈਲਟ ਅਤੇ ਆਹ ਦੇਖੋ ਮਤਲਬ ਕਿੰਨਾ ਹੈਵੀ ਆ ਅਤੇ ਕਿੰਨਾ ਹੀ ਈਜ਼ੀ ਕਰ ਦਿੰਦੀ ਹੈ ਕੰਮ ਅਤੇ ਕਈ ਦੇ ਵਿੱਚ ਹੁੰਦਾ ਹੈ ਕਿ ਡਰਾਈਵਰ ਨੂੰ ਕਰਨਾ ਪੈਂਦਾ ਕਈ ਦੇ ਵਿੱਚ ਹੁੰਦਾ ਡਰਾਈਵਰ ਨਹੀਂ ਕਰਦੇ ਇਹ ਕੰਮ ਇਹ ਡਿਪੈਂਡ ਕਰਦਾ ਕੰਪਨੀ ਟੂ ਕੰਪਨੀ ਅਤੇ ਕਈ ਕਦਾਰ ਹੁੰਦਾ ਕਿ ਯਾਰ ਡਰਾਈਵਰ ਆਪੇ ਖੁਦ ਲੱਗ ਜਾਂਦਾ ਕਿਉਂਕਿ ਸਟਾਫ ਨਹੀਂ ਹੁੰਦਾ ਕਿ ਕੰਮ ਜਲਦੀ ਹੋ ਜਾਵੇ ਤਾਂ ਕਰਕੇ ਸੋ ਇਹ ਕੋਲਸ ਦਾ ਪਿੱਛੋਂ ਬੈਕਯਾਰਡ ਦਾ ਮੈਂ ਤੁਹਾਨੂੰ ਦਿਖਾਇਆ ਆਪਣੇ ਕੋਲਸ ਦੇ ਵਿੱਚ ਵੀ ਆ ਰਿਹਾ ਸਾਰਾ ਸਿਸਟਮ ਤੁਹਾਨੂੰ ਸੇਫਟੀ ਵੈਸਟ ਜ਼ਰੂਰ ਪਾਉਣੀ ਪਊਗੀ ਕਿਉਂਕਿ ਮੈਂ ਵੀ ਪਾ ਲਈ ਸੇਫਟੀ ਵੈਸਟ ਮਸਟ ਬੀ ਫਟਾਫਟ ਅਨਲੋਡ ਫਿਰ ਕਰਦੇ ਹਾਂ ਆਪਾਂ ਗੱਲ ਤੁਹਾਡੇ ਨਾਲ ਬਾਅਦ 'ਚ ਜਦ ਲਾਈਕ ਇਹ ਆਪਾਂ ਤਾਂ ਕਰ ਰਹੇ ਹਾਂ ਕੀ ਕਹਿੰਦੇ ਨੇ ਹਾਂਜੀ ਬਾਈ ਆਪਾਂ ਜਦ ਸੈਮੀ ਬਣਾਉਣਾ ਨਾ ਤਾਂ ਹਾਂਜੀ ਆਪਾਂ ਫਾਈਨਲ ਰਿਮੂਵ ਜ਼ਰੂਰ ਕਰਨੇ ਆ ਹਾਂ ਤੇ ਆਪਾਂ ਸੈਮੀ ਇਸ ਲਈ ਬਣਾਇਆ ਕਿਉਂਕਿ ਆਪਾਂ ਹੁਣ ਨੈਕਸਟ ਡੌਕ ਤੇ ਆ ਨਾ ਹਾਂਜੀ ਬੀ ਡਬਲ ਜਾਂਦਾ ਨਹੀਂਗਾ ਜਾ ਨਹੀਂ ਸਕਦਾ ਤਾਂ ਕਰਕੇ ਛੋਟੀ ਆ ਤੇ ਇਹ ਬਹੁਤ ਜ਼ਰੂਰ ਕਰਨਾ ਤੇ ਇਹਦਾ ਅਗਰ ਜੇ ਨਹੀਂ ਕੀਤਾ ਕੁਛ ਫਾਈਨ ਵਾਈਨ ਵੀ ਹੁੰਦਾ
फिर बी डबल बनाउंदे आ फिर तो फिर तुहानू दिखावांगे अगे सीन इदा कि पहला की होया जिहड़ा बी डबल सीगा ओहदा पहला आपां ए ट्रेलर इधर लैके आए ते हुण ए ट्रेलर खाली होने तो बाद हुण आपां बी ट्रेलर लैके आए ने बी ट्रेलर दे विच इहनां दे 10 पैलेट ने ओहदे च की हुंदा कि जिहड़े अपने पैलेट हुंदे ने भरे हुए पैलेट इह कढ लैंदे ने अंदर ते जिहड़े खाली पैलेट हुंदे ने ਉਹ ਰੱਖ ਦਿੰਦੇ ਨੇ ਤੇ ਉਹੀ ਵਾਪਸ ਉਹਦੇ ਚ ਵੇਅਰ ਹਾਊਸ ਚ ਜਾਂਦੇ ਨੇ ਉਹ ਉਧਰੋਂ ਭਰ ਕੇ ਆਉਂਦੇ ਨੇ ਤੇ ਐਵੇਂ ਇਹ ਚੱਲਦਾ ਰਹਿੰਦਾ ਸਿਸਟਮ ਠੀਕ ਹੈ ਤੇ ਹੁਣ ਆਪਾਂ ਬੀ ਟ੍ਰੇਲਰ ਲੈ ਕੇ ਆਏ ਨੇ ਤੇ ਇੱਧਰ ਸਾਡਾ ਫਸਟ ਪਾਰਟ ਹੁੰਦਾ ਕੰਪਲੀਟ ਹੁਣ ਜਿਹੜਾ ਨੈਕਸਟ ਪਾਰਟ ਆਊਗਾ ਉਹਦੇ ਸਾਨੂੰ ਪੇ ਰੇਟ ਤੇ ਟਰੱਕ ਦੇ ਕੰਮ 'ਚ ਪੀ ਆਰ ਦਾ ਕੀ ਸੀਨ ਹੁੰਦਾ ਨਹੀਂ ਹੁੰਦਾ ਉਹ ਤੇ ਵਰਕਿੰਗ ਵੀਜ਼ ਇਹਦਾ ਦੂਸਰੀ ਕੰਟਰੀ ਤੋਂ ਆਉਂਦੇ ਹੋ ਨਹੀਂ ਆ ਸਕਦੇ ਉਹ ਸਾਰਾ ਕੁਝ ਤੁਹਾਨੂੰ ਸੈਕਿੰਡ ਪਾਰਟ ਦੇ ਵਿੱਚ ਦੱਸਾਂਗੇ ਤੇ ਸੈਕਿੰਡ ਪਾਰਟ ਦੇ ਵਿੱਚ ਤੁਹਾਨੂੰ ਥੋੜ੍ਹਾ ਜਿਹਾ ਵਿਊ ਦਿਖਾਵਾਂਗੇ ਕਿਉਂਕਿ ਹੁਣ ਰਾਤ ਖਤਮ ਹੋ ਗਈ ਆ ਦਿਨ ਨਿਕਲਣ ਵਾਲਾ ਤੇ ਸੂਰਜ ਆਉਣ ਵਾਲਾ ਫਿਰ ਉਹਦੇ ਹਿਸਾਬ ਨਾਲ ਤੁਹਾਨੂੰ ਹੋਰ ਵਧੀਆ ਵਿਊ ਆਊਗਾ ਤੇ ਪਤਾ ਲੱਗੂਗਾ ਕਿ ਐਕਚੁਅਲ ਕੀ ਲੈਂਥ ਆ ਬੀ ਡਬਲ ਦੀ ਤੇ ਕੀ ਸੀਨ ਆ ਸਾਰਾ ਕੁਝ ਤੇ ਨੈਕਸਟ ਪਾਰਟ ਵੀ ਜ਼ਰੂਰ ਦੇਖਿਓ ਤੇ ਮਿਲਦੇ ਹਾਂ ਫਿਰ ਨੈਕਸਟ ਪਾਰਟ ਦੇ ਵਿੱਚ ਥੈਂਕ ਯੂ ਸੋ ਮਚ ਗਾਈਜ਼ ਫੋਰ ਯੂਅਰ ਹੈਲਪ ਐਂਡ ਯੂਅਰ ਸਪੋਰਟ ਬਾਏ